ਸੋ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਇੱਕ ਮਾਲ ਗੱਡੀ ਦੇ ਜਿਹੜੇ ਪਰਖੱਚੇ ਜਿਹੜੇ ਆ ਉੱਡ ਗਏ ਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ 8 ਤੋਂ 10 ਕੰਟੇਨਰ ਜਿਹੜੇ ਹੈਗੇ ਆ ਮਾਲ ਗੱਡੀ ਦੇ ਉੱਤੋਂ ਲੈ ਕੇ ਥੱਲੇ ਪਟੜੀ 'ਤੇ ਡਿੱਗ ਚੁੱਕੇ ਆ। ਔਰ ਇਹਦੇ ਨਾਲ ਇਹ ਜਦੋਂ 4:30 ਦੀ ਤੜਕੇ ਅੱਜ ਘਟਨਾ ਦੱਸੀ ਜਾ ਰਹੀ ਹੈ ਅਤੇ ਆਸੇ ਪਾਸੇ ਲੋਕਾਂ ਦਾ ਜਿਹੜਾ ਕਹਿਣਾ ਹੈ ਕਿ ਇਹ ਘਟਨਾ ਜਦੋਂ ਇਹ ਟੱਕਰ ਹੋਈ ਹੈ ਜਦੋਂ ਕੰਟੇਨਰ ਥੱਲੇ ਡਿੱਗੇ ਹੈ ਉਦੋਂ ਬਾਅਦ ਆਵਾਜ਼ ਇੰਨੀ ਕੁ ਜ਼ਿਆਦਾ ਆਈ ਹੈ ਕਿ ਆਸ ਪਾਸ ਦੇ ਘਰ ਜਿਹੜੇ ਸੀਗੇ ਉਹ ਹਿੱਲ ਗਏ ਆ। ਔਰ 4:30 ਦਾ ਤੜਕੇ ਸਮਾਂ ਸੀਗਾ ਜਦੋਂ ਲੋਕਾਂ ਨੇ ਬਾਹਰ ਆ ਕੇ ਦੇਖਿਆ ਤਾਂ ਇਹ ਮਾਲ ਗੱਡੀ ਦੇ ਉੱਤੇ ਜਿਹੜੇ ਕੰਟੇਨਰ ਜਿਹੜੀ ਆ ਮਾਲ ਗੱਡੀ ਲੈ ਕੇ ਜਾ ਰਹੀ ਸੀ ਅਤੇ 8 ਤੋਂ 10 ਕੰਟੇਨਰ ਰੇਲ ਗੱਡੀ ਦੀਆਂ ਲਾਈਨਾਂ 'ਤੇ ਤੁਸੀਂ ਡਿੱਗੇ ਪਏ ਦੇਖ ਸਕਦੇ ਹੋ ਅਤੇ ਆਸੇ ਪਾਸੇ ਤੱਕ 1 ਕਿਲੋਮੀਟਰ ਤੱਕ ਜਿਹੜਾ ਸਪੇਅਰ ਪਾਰਟ ਆਪਾਂ ਲਾ ਲਈਏ ਜਾਂ ਫਿਰ ਗੱਡੀ ਮਾਲ ਗੱਡੀ ਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਪੁਰਜੇ ਦੇਖੋ ਜਿਹੜਾ ਪਟੜੀ ਦੇ ਉੱਤੇ ਕਿੱਥੋਂ ਕਿੱਥੋਂ ਤੱਕ ਖਿਲਰੇ ਪਏ ਹੈ। ਇਹ ਤੁਸੀਂ ਬੈਰਿੰਗ ਟੁੱਟੇ ਦੇਖ ਸਕਦੇ ਹੋ, ਸਪਰਿੰਗ ਜਿਹੜੇ ਹੈਗੇ ਆ ਵੱਡੇ ਉਹ ਟੁੱਟੇ ਦੇਖ ਸਕਦੇ ਹੋ, ਸ਼ੌਕਰ ਟਾਈਪ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਦੇਖ ਸਕਦੇ ਹੋ। ਅਤੇ ਜਦੋਂ ਕੰਟੇਨਰ ਡਿੱਗੇ ਆ ਉਤਲੇ ਪਾਸੇ ਜਿਹੜੀਆਂ ਬਿਜਲੀ ਵਾਲੀਆਂ ਤਾਰਾਂ ਜਾ ਰਹੀਆਂ ਹੁੰਦੀਆਂ ਰੇਲ ਗੱਡੀ ਦੀਆਂ ਉਹ ਤੁਸੀਂ ਦੇਖੋ ਖੰਭੇ ਜਿਹੜੇ ਉਹ ਟੁੱਟ ਚੁੱਕੇ ਆ, ਤਾਰਾਂ ਜਿਹੜੀਆਂ ਬਿਜਲੀ ਦੀਆਂ ਟੁੱਟ ਕੇ ਲਮਕੀਆਂ ਤੁਸੀਂ ਜਿਹੜੀਆਂ ਹੈਗੀਆਂ ਉਹ ਦਿਖਾਈ ਦੇ ਰਹੀਆਂ। ਕਰਨਾਲ ਦੇ ਤਰਾਵੜੀ ਦੇ ਕੋਲੇ ਇਹ ਜਿਹੜਾ ਹਾਦਸਾ ਹੋਇਆ ਜਿੱਥੇ 8 ਤੋਂ 10 ਕੰਟੇਨਰ ਜਿਹੜੇ ਹੈਗੇ ਆ ਮਾਲ ਗੱਡੀ ਲੈ ਕੇ ਜਾ ਰਹੀ ਸੀ ਚੰਡੀਗੜ੍ਹ ਤੋਂ ਦਿੱਲੀ ਵਾਲੇ ਪਾਸੇ ਨੂੰ ਇਹ ਗੱਡੀ ਜਾ ਰਹੀ ਸੀਗੀ, ਤਰਾਵੜੀ ਦੇ ਕੋਲੇ ਇਹ ਵੱਡਾ ਹਾਦਸਾ ਹੋਇਆ ਅਤੇ ਹਾਦਸਾ ਇੰਨਾ ਕੁ ਜ਼ਿਆਦਾ ਇਹ ਭਿਆਨਕ ਸੀਗਾ, ਖੜਕਾ ਇੰਨਾ ਕੁ ਜ਼ਿਆਦਾ ਹੋਇਆ ਕਿ ਆਸ ਪਾਸ ਦੇ ਘਰਾਂ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਕਿਹਾ ਕਿ ਘਰਾਂ ਦੀਆਂ ਛੱਤਾਂ ਕੰਧਾਂ ਤੱਕ ਹਿੱਲ ਗਈਆਂ ਅਤੇ ਅਸੀਂ ਇੱਕੇ ਦਮ ਜਿਹੜਾ ਉੱਠੇ ਹਾਂ ਕਿ ਬਾਹਰਲੇ ਪਾਸੇ ਕੀ ਹੋ ਗਿਆ, ਕਿਉਂਕਿ 4:30 ਆਮ ਲੋਕ ਜਿਹੜੇ ਹੈਗੇ ਉਹ ਸੁੱਤੇ ਪਏ ਹੁੰਦੇ ਆ। ਉਦੋਂ ਬਾਅਦ ਹਾਲਾਂਕਿ ਜਿਹੜਾ ਲੋਕ ਜਿਹੜੇ ਹੈਗੇ ਆ ਪੁਲਿਸ ਨੂੰ ਸੂਚਨਾ ਦਿੱਤੀ ਗਈ, ਤਲਾਹ ਦਿੱਤੀ ਗਈ, ਕੰਸਟਰਕਸ਼ਨ ਦੀਆਂ ਟੀਮਾਂ ਜਿਹੜੀਆਂ ਉੱਥੇ ਪਹੁੰਚੀਆਂ ਅਤੇ ਤੁਸੀਂ ਦੇਖੋ ਵੈਲਡਿੰਗ ਕਰਕੇ ਜਿਹੜਾ ਦੁਬਾਰੇ ਰਿਪੇਅਰਿੰਗ ਦਾ ਕੰਮ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ। 8 ਤੋਂ 10 ਡੱਬੇ ਜਿਹੜੇ ਹੈਗੇ ਉਹ ਤੁਸੀਂ ਰੇਲ ਗੱਡੀ ਦੀਆਂ ਲਾਈਨ 'ਤੇ ਦੇਖ ਸਕਦੇ ਹੋ ਔਰ ਦੋਵੇਂ ਪਾਸੇ ਜਿਹੜੀਆਂ ਲਾਈਨਾਂ ਜਿਹੜੀਆਂ ਉਹ ਰੋਕ ਦਿੱਤੀਆਂ ਗਈਆਂ, ਨਾ ਦੂਜੇ ਪਾਸਿਓਂ ਗੱਡੀ ਆ ਸਕਦੀ ਹੈ ਨਾ ਪਿੱਛੋਂ ਕੋਈ ਜਾ ਸਕਦੀ ਹੈ, ਕਿਉਂਕਿ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਇਹ ਸਾਰਾ ਜਿਹੜਾ ਸਪੇਅਰ ਪਾਰਟ ਆਪਾਂ ਲਾ ਲਈਏ ਜਾਂ ਜਿਹੜਾ ਸਮਾਨ ਆ ਉਹ ਖਿੱਲਰ ਚੁੱਕਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਹਾਲਾਂਕਿ ਜਾਨੀ ਨੁਕਸਾਨ ਇਹਦੇ ਵਿੱਚ ਨਹੀਂ ਹੋਇਆ, ਮਾਲ ਗੱਡੀ ਸੀ ਅਸੀਂ ਵਾਰ-ਵਾਰ ਕਹਿ ਰਹੇ ਹਾਂ, ਕੰਟੇਨਰ ਜਿਹੜੇ ਹੈਗੇ ਆ ਇਹਦੇ ਵਿੱਚ ਮਾਲੀ ਨੁਕਸਾਨ ਜ਼ਰੂਰ ਹੋਇਆ, ਜਿੰਨਾ ਕਿ ਟੁੱਟ ਭੱਜ ਜਿਹੜੀ ਹੋਈ ਆ। ਤੁਸੀਂ ਬਿਜਲੀ ਦੇ ਪੋਲ ਖੰਭੇ ਦੇਖ ਲਓ, ਜਿਹੜੀਆਂ ਹਾਈ ਵੋਲਟੇਜ ਤਾਰਾਂ ਜਾ ਰਹੀਆਂ ਹੁੰਦੀਆਂ ਉਹ ਵੀ ਟੁੱਟ ਚੁੱਕੀਆਂ ਔਰ ਉਹ ਲਮਕਦੀਆਂ ਤੁਸੀਂ ਦਿਖਾਈ ਦੇ ਰਹੇ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ। ਸੋ ਕਰਨਾਲ ਦੇ ਤਰਾਵੜੀ ਦੇ ਕੋਲ ਇਹ ਵੱਡਾ ਹਾਦਸਾ ਜਿਹੜਾ ਹੋਇਆ, ਮਾਲੀ ਨੁਕਸਾਨ ਨਹੀਂ ਹੋਇਆ, ਮਾਫ਼ ਕਰਨਾ ਜਾਨੀ ਨੁਕਸਾਨ ਤੋਂ ਬਚਾ ਰਿਹਾ, ਮਾਲੀ ਨੁਕਸਾਨ ਜਿਹੜਾ ਹੈਗਾ ਕਾਫ਼ੀ ਜਿਹੜਾ ਇੱਥੇ ਹੋ ਚੁੱਕਿਆ। ਹੋਰ ਜਿਹੜੇ ਲੋਕ ਉੱਥੇ ਚਸ਼ਮਦੀਦ ਸੀਗੇ ਆਸੇ ਪਾਸੇ ਦੇ ਘਰਾਂ ਦੇ ਲੋਕ ਸੀ ਉਹਨਾਂ ਨੇ ਕੀ ਕਿਹਾ ਆਓ ਵੀ ਆਪਾਂ ਤੁਹਾਨੂੰ ਸੁਣਾ ਦਿੰਦੇ ਹਾਂ। ਅਤੇ ਨਾਲ ਦੀ ਨਾਲ ਪੁਲਿਸ ਜਿਹੜੀ ਆ ਉਹ ਪਹੁੰਚ ਚੁੱਕੀ ਹੈ, ਛਾਣਬੀਨ ਜਿਹੜੀ ਹੈ ਇਹ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਹਾਦਸੇ ਦੇ ਪਿਛਲੇ ਕਾਰਨ ਜਿਹੜੇ ਹੈ ਉਹ ਕੀ ਰਹੇ। ਸ਼ੁਰੂ ਹੋ ਗਈ, ਹਿੱਲ ਗਏ ਘਰ, ਘਰ ਹੀ ਲਗੇ ਥੇ? ਹਾਂ, ਘਰ ਹੀ ਲਗੇ ਥੇ। ਕਿਆ ਗੜਗੜਾਟ ਕੀ ਆਵਾਜ਼ ਸੀ? ਗੜਗੜਾਟ ਕੇ ਜੈਸੇ ਘਰ ਗਿਰਨੇ ਲਗੇ, ਬਾਹਰ ਨਿਕਲ ਕੇ ਦੇਖੇ ਤੋ ਇਹ ਹਾਦਸਾ ਹੋ ਗਿਆ। ਤੋ ਕਿਤਨੇ ਕਿਤਨੇ ਦੇਖ ਕੇ ਆਏ ਹੋ ਆਪ, ਕਿਤਨੇ ਕੰਟੇਨਰ ਗਿਰੇ ਹੋਏ? 4 ਕੰਟੇਨਰ ਤੋਂ ਪਿੱਛੇ ਗਿਰੇ ਹੋਏ।